ਕਹਿਣਾ ਜੀ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਜਜ਼ਬਾਤੀ ਹੋ ਕੇ ਕੀ ਲਿਖਿਆ ਪੋਸਟ ਵਿੱਚ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਜਿਹੜੇ ਦੁਨੀਆਂ ਭਰ ਦੇ ਵਿੱਚ ਵਸਦੇ ਪੰਜਾਬੀ ਪਿਆਰੇ ਆ, ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ, ਤੇ ਮਾਤਾ ਚਰਨ ਕੌਰ ਦੀ ਕੁੱਖੋਂ ਇੱਕ ਬੱਚੇ ਦੇ ਜਨਮ ਲੈਣ ਦੇ ਉੱਤੇ ਖੁਸ਼ੀ ਦਾ, ਵਧਾਈ ਦਾ ਪ੍ਰਗਟਾਵਾ ਕੀਤਾ। ਉਹਨਾਂ ਦੇ ਜਜ਼ਬਾਤ ਨੂੰ ਸਮਝ ਸਕਦੇ ਆ, ਬਾਕੀ ਕੋਈ ਸਹਿਮਤ ਅਸਹਿਮਤ ਕਿਸੇ ਵੀ ਤਰ੍ਹਾਂ ਦਾ ਹੋਵੇ, ਪਰ ਜਦੋਂ ਖੁਸ਼ੀ ਆਵੇ ਘਰ ਦੇ ਵਿੱਚ ਤਾਂ ਤਸੱਲੀ ਹੋਣੀ, ਮਨ ਨੂੰ ਖੁਸ਼ੀ ਦਾ ਖੇੜਾ ਹੋਣਾ, ਉਹ ਕੁਦਰਤੀ ਵੀ ਆ। ਦੂਜੀ ਗੱਲ ਇਹ ਹੈ ਕਿ ਕੱਲ 5:58 ਤੇ ਸਵੇਰ ਦੇ ਵੇਲੇ ਤੇ ਬਠਿੰਡਾ ਦੇ ਜਿੰਦਲ ਹਸਪਤਾਲ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ, ਤੇ ਅੱਜ ਮਾਤਾ ਚਰਨ ਕੌਰ ਦੇ ਵੱਲੋਂ ਭਾਵਕ ਪੋਸਟ ਪਾਈ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਇੰਨੇ ਲੰਬੇ ਸਮੇਂ ਬਾਅਦ ਮੈਨੂੰ ਫਿਰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸ਼ੁਭਦੀਪ ਫਿਰ ਆ ਗਿਆ। ਉਹਨਾਂ ਨੇ ਗੱਲ ਕਹੀ ਹੈ ਕਿ ਦੁਨੀਆਂ ਭਰ ਦੇ ਵਿੱਚ ਵਸਦੇ ਪੰਜਾਬੀ ਪਿਆਰਿਆਂ ਨੇ ਸਾਡੇ ਪਰਿਵਾਰ ਦੇ ਲਈ, ਸਾਡੇ ਲਈ, ਸਾਡੀ ਚੜ੍ਹਦੀ ਕਲਾ ਦੇ ਲਈ, ਪਰਿਵਾਰ ਦੀਆਂ ਖੁਸ਼ੀਆਂ ਦੇ ਲਈ ਜੋ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉਹਦੇ ਲਈ ਅਸੀਂ ਦਿਲੀ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਤੇ ਵੈਸੇ ਲੋਕਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਸਪਤਾਲ ਦੇ ਬਾਹਰ ਜਾ ਕੇ ਖੁਸ਼ੀ ਮਨਾਈ ਆ, ਬੜੀ ਵੱਡੀ ਗਿਣਤੀ ਦੇ ਵਿੱਚ ਮੂਸਾ ਪਿੰਡ ਦੇ ਵਿੱਚ ਲੋਕਾਂ ਨੇ ਖੁਸ਼ੀ ਮਨਾਈ ਆ। ਸੋ ਇੱਕ ਜ਼ਿੰਦਗੀ ਜਿਉਣ ਦਾ ਮਕਸਦ ਮਿਲ ਗਿਆ ਅਸਲ ਦੇ ਵਿੱਚ। ਗੱਲ ਇਹ ਆ, ਕਿਉਂਕਿ ਬੰਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਵਿਚਾਰ ਰੱਖ ਸਕਦਾ, ਪਰ ਗੱਲ ਇਹ ਆ ਵੀ ਮਾਨਸੇ ਦੇ ਵਿੱਚ ਰਹਿ ਕੇ ਇੰਨਾ ਵੱਡਾ ਬੋਲਡ ਸਟੈਪ ਲੈਣਾ, ਇੰਨੀ ਵੱਡੀ ਗੱਲ ਕਰਨਾ, ਸੋ ਆਪਦੀ ਖੁਸ਼ੀ ਦੇ ਲਈ ਪਰਿਵਾਰ ਦੇ ਵੱਲੋਂ ਕਰਨਾ, ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇਕਲਾਪਾ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਨੀਰਸਤਾ, ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਘੁੱਟਣ ਜਾਂ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਨੇ ਫੈਸਲਾ ਲਿਆ ਤੇ ਉਹਨਾਂ ਨੇ ਘਰ ਦੇ ਵਿੱਚ ਖੁਸ਼ੀ ਆਈ। ਮੁਬਾਰਕਬਾਦ ਆ ਜੀ। ਤੇ ਮਨਪ੍ਰੀਤ ਸਿੰਘ ਏਆਲੀ ਨੇ ਸਪਸ਼ਟ ਕਰ ਦਿੱਤਾ ਕਿ ਉਹ ਅਕਾਲੀ ਦਲ 'ਚ ਹੀ ਰਹਿਣਗੇ। ਦੇਖੋ ਜੀ, ਗੱਲ ਇਹ ਆ ਕਿ ਮਨਪ੍ਰੀਤ ਸਿੰਘ ਏਆਲੀ ਨੇ ਇਹ ਸਪਸ਼ਟ ਕਰ ਦਿੱਤਾ ਜੀ ਕਿ ਮੈਂ ਇੱਥੇ ਹੀ ਹਾਂ, ਮੈਂ ਕਿਤੇ ਨਹੀਂ ਚੱਲਿਆ। ਕਿਉਂਕਿ ਅੱਜ ਸਵੇਰ ਦੇ ਵੇਲੇ ਤੋਂ ਥਿਨ ਸਾਹਿਬ ਇਸ ਗੱਲ ਦੇ ਚਰਚੇ ਚੱਲ ਪਏ ਸੀ ਕਿ ਮਨਪ੍ਰੀਤ ਸਿੰਘ ਏਆਲੀ ਜਿਹੜੇ ਕਿ ਦਾਖਾ ਖੇਤਰ ਤੋਂ ਅਕਾਲੀ ਦਲ ਦੇ ਵਿਧਾਇਕ ਆ, ਤੇ ਉਧਰ ਜਿਹੜੇ ਕਿ ਡਾਕਟਰ ਸੁਖਵਿੰਦਰ ਸੁੱਖੀ ਅਕਾਲੀ ਦਲ ਦੇ ਵਿਧਾਇਕ ਆ, ਇਹ ਦੋਵੇਂ ਜਾਣੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਆ, ਇਹਨਾਂ ਦੋਹਾਂ ਦੇ ਬਾਰੇ ਇਹ ਖਬਰ ਆਉਣ ਲੱਗ ਪਈ। ਸੋ ਅੱਜ ਡਾਕਟਰ ਸੁੱਖੀ ਨੇ ਤਾਂ ਇਹ ਗੱਲ ਕਹੀ ਹੈ, ਉਹ ਕਹਿੰਦੇ ਜੀ ਕਿ ਮੈਂ ਆਪਣੇ ਹਲਕੇ ਦੇ ਮਸਲਿਆਂ ਦੇ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ, ਹੋਰ ਕੋਈ ਗੱਲ ਨਹੀਂ ਸੀ। ਉਧਰ ਮਨਪ੍ਰੀਤ ਏਆਲੀ ਨੇ ਵੀ ਇਹਨਾਂ ਅਫਵਾਹਾਂ ਦੇ ਉੱਤੇ ਬਿਲਕੁਲ ਰੋਕ ਲਾ ਦਿੱਤੀ ਹੈ ਕਿ ਮੈਂ ਪਾਰਟੀ ਨੂੰ ਛੱਡ ਕੇ ਚੱਲਿਆ। ਉਹਨਾਂ ਨੇ ਕਿਹਾ ਜੀ ਮੈਂ ਕਿਤੇ ਨਹੀਂ ਚੱਲਿਆ, ਮੈਂ ਪਾਰਟੀ ਦੇ ਵਿੱਚ ਹੀ ਹਾਂ। ਜੇ ਬਾਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਕੈਂਡੀਡੇਟ ਕਿਉਂ ਚੇਂਜ ਕਰ ਰਹੇ ਨੇ ਉਹ? ਦੇਖੋ ਜੀ, ਇੱਕ ਤਾਂ ਜਾਣਕਾਰੀ ਇਹ ਆ ਬੜੀ ਮਹੱਤਵਪੂਰਨ ਕਿ ਇਹਨਾਂ ਦੇ ਵੱਲੋਂ ਜਿਹੜਾ ਨਾ ਇੱਥੇ ਪਟਿਆਲੇ ਵਾਲਾ ਉਮੀਦਵਾਰ ਹੈ ਜਿਹੜਾ, ਉਹ ਡਾਕਟਰ ਬਲਵੀਰ ਸਿੰਘ ਦੀ ਥਾਂ ਦੇ ਉੱਤੇ ਹੋਰ ਨੂੰ ਟਿਕਟ ਦੇਣ ਦੀ ਤਿਆਰੀ ਕੀਤੀ ਗਈ ਆ। ਅੱਜ ਮੈਨੂੰ 8-9 ਫੋਨ ਆਏ ਆ ਵੱਖ ਵੱਖ ਥਾਵਾਂ ਤੋਂ, ਉਹ ਸੀ ਪਟਿਆਲਾ ਦੇ ਨਾਲ ਹੀ ਸੰਬੰਧਿਤ, ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਇੱਥੋਂ ਦੀ ਰਾਜਨੀਤਿਕ ਫਿਜ਼ਾ ਦੇ ਵਿੱਚ ਕਈ ਕੁੱਝ ਚੱਲ ਰਿਹਾ, ਤੇ ਪਾਰਟੀ ਦੇ ਵੱਲੋਂ ਇੱਕ ਅੰਦਰੂਨੀ ਸਰਵੇ ਫਿਰ ਕਰਵਾਇਆ ਜਾ ਰਿਹਾ। ਉਸ ਸਰਵੇ ਦੇ ਤਹਿਤ ਉਹ ਕਹਿੰਦੇ ਜੀ ਇਹ ਜਾਣਕਾਰੀ ਮਿਲੀ ਆ ਕਿ ਪਟਿਆਲੇ ਤੋਂ ਡਾਕਟਰ ਬਲਵੀਰ ਸਿੰਘ ਦੇ ਕੋਲੋਂ ਟਿਕਟ ਲੈ ਕੇ ਤੇ ਦਲਬੀਰ ਸਿੰਘ UK ਜਿਨ੍ਹਾਂ ਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਬੋਰਡ ਇੱਥੇ ਲੱਗੇ ਹੋਏ ਆ, ਉਹਨਾਂ ਦੀ ਝੋਲੀ ਦੇ ਵਿੱਚ ਪੈ ਸਕਦੀ ਹੈ। ਚਲੋ ਇਹਦਾ ਪਤਾ ਲੱਗ ਜਾਊਗਾ ਵੀ ਗੱਲ ਇਵੇਂ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਕੱਲ ਪਰਸੋਂ ਚੌਥ ਤੱਕ ਪਤਾ ਲੱਗ ਜਾਣਾ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇੱਕ ਹੋਰ ਆ, ਉਹ ਇਹ ਕਿ ਅੱਜ ਸੁਨੀਲ ਜਾਖੜ ਸਾਹਿਬ ਜਿਹੜੇ ਕਿ ਪੰਜਾਬ BJP ਦੇ ਪ੍ਰਧਾਨ ਆ, ਉਹਨਾਂ ਨੇ ਇੱਕ ਨਵਾਂ ਠੋਕਲਾ ਛੱਡਤਾ। ਉਹ ਕਹਿੰਦੇ ਜੀ ਕਿ ਦੇਖੋ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅੰਦਰ ਖਾਤੇ ਮੀਟਿੰਗ ਹੋ ਗਈ ਆ, ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਕਿ ਭਾਈ ਆਪਾਂ ਹੁਣ ਬਹੁਤ ਜਲਦ ਗੱਠਜੋੜ ਕਰ ਲਈਏ। ਉਹ ਕਹਿੰਦੇ ਜੀ ਕਿ ਇਹਨਾਂ ਨੇ ਜਿਹੜੇ 8 ਉਮੀਦਵਾਰ ਐਲਾਨੇ ਆ ਆਮ ਆਦਮੀ ਪਾਰਟੀ ਨੇ, ਇਹ 8 ਨਾਂ ਇਹਨਾਂ ਨੇ ਵਾਪਸ ਲੈ ਲੈਣੇ ਆ ਤੇ ਇਹਦੀ ਥਾਂ ਦੇ ਉੱਤੇ ਗੱਠਜੋੜ ਕਰਕੇ ਤੇ ਦੁਬਾਰਾ ਉਮੀਦਵਾਰ ਐਲਾਨੇ ਜਾਣਗੇ। ਹਾਲਾਂਕਿ ਭਗਵੰਤ ਮਾਨ ਸਾਹਿਬ ਨੇ ਇਸ ਗੱਲ ਦੇ ਉੱਤੇ ਟਕੋਰ ਵੀ ਕੀਤੀ ਆ, ਉਹਨਾਂ ਨੇ ਕਿਹਾ ਜੀ ਕਿ ਜਾਖੜ ਸਾਹਿਬ ਦਾ ਤਾਰਦਾ ਨਹੀਂ ਪਤਾ ਹੁੰਦਾ ਵੀ ਕਿਹੜੀ ਪਾਰਟੀ ਦੇ ਵਿੱਚ ਹੈਗੇ ਆ ਤੇ ਇਹ ਸਾਡੇ ਬਾਰੇ ਕਿਵੇਂ ਭਵਿੱਖਬਾਣੀ ਕਰ ਸਕਦੇ ਆ, ਪਰ ਅੱਜ ਇਹਨਾਂ ਖਬਰਾਂ ਨੇ ਕਾਫੀ ਲੋਕਾਂ ਦਾ ਧਿਆਨ ਖਿੱਚੀ ਰੱਖਿਆ। ਤੇ ਬਾਕੀ ਚੰਨੀ ਤੋਂ 2 ਲੱਖ ਰੁਪਈਆ ਮੰਗਣ ਵਾਲੇ ਫੜੇ ਗਏ ਬੰਦੇ ਜੀ? ਹਾਂ ਬਿਲਕੁਲ ਜੀ, ਖਬਰਾਂ ਇਹ ਆਉਣ ਲੱਗ ਪਈਆਂ, ਅੱਜ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਸੀਂ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਬੰਦੇ ਦੇ ਵੱਲੋਂ ਇੱਥੇ ਚੰਨੀ ਸਾਹਿਬ ਦੇ ਕੋਲੋਂ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਕਿਉਂਕਿ ਪਿਛਲੇ ਦਿਨ ਆਪਾਂ ਜਾਣਦੇ ਹਾਂ ਵੀ ਇਹ ਖਬਰ ਬੜੇ ਮਹੱਤਵਪੂਰਨ ਬਣ ਗਈ, ਬਹੁਤ ਵੱਡੀ ਬਣ ਗਈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਮੇਰੇ ਵਟਸਐਪ ਦੇ ਉੱਤੇ ਵਾਰ ਵਾਰ ਫੋਨ ਕਾਲ ਆਈ ਤੇ ਫੋਨ ਕਰਤਾ ਨੇ ਗੱਲ ਕਹੀ ਕਿ 2 ਕਰੋੜ ਰੁਪਇਆ ਦੇ ਦੇ, ਨਹੀਂ ਤਾਂ ਫਿਰ ਆਪਦਾ ਪੜਿਆ ਵਿਚਾਰ ਲਓ, ਤੁਹਾਨੂੰ ਅਸੀਂ ਮਾਰ ਦੇਣਾ। ਤੇ ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀਗੀ ਵੀ ਭਾਈ ਮੈਂ ਪੁਲਿਸ ਅਧਿਕਾਰੀਆਂ ਦੇ ਕੋਲੇ ਗਿਆ, ਪੁਲਿਸ ਅਧਿਕਾਰੀਆਂ ਨੂੰ ਆਪਦੀ ਸਾਰੀ ਪਰੇਸ਼ਾਨੀ ਦੱਸੀ, ਪਰ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੇਰੀ ਗੱਲ ਦੇ ਉੱਤੇ ਗੌਰ ਫਰਮਾਈ ਨਹੀਂ ਕੀਤੀ, ਪਰ ਅੱਜ ਪੁਲਿਸ ਦੇ ਵੱਲੋਂ ਅਚਾਨਕ ਦਾਅਵਾ ਕਰ ਦਿੱਤਾ ਗਿਆ ਕਿ ਅਸੀਂ ਉਸ ਬੰਦੇ ਨੂੰ ਫੜ ਲਿਆ ਜਿਹੜੇ ਬੰਦੇ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਸੀਗੀ। ਇਹਦਾ ਨਾਂ ਹੈਗਾ ਜੀ ਦੀਪਕ ਸ਼੍ਰੀਮੰਤ ਕਾਬਲੇ, ਮਹਾਰਾਸ਼ਟਰ ਦਾ ਹੈਗਾ, ਤੇ ਪੁਲਿਸ ਨੇ ਕਿਹਾ ਜੀ ਕਿ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ, ਇਹ ਹੋਟਲਾਂ ਦੇ ਵਿੱਚ ਬਤੌਰ ਸ਼ੈਫ ਕੰਮ ਕਰਦਾ ਸੀ ਤੇ ਕਰਦਾ ਹੈ, ਤੇ ਇਹ ਬੰਦੇ ਦੇ ਪੈਸੇ ਕਮਾਉਣ ਦੀ ਖਾਤਰ ਇਹ ਸਾਰਾ ਡਰਾਮਾ ਰਚਿਆ।
ਪਰ ਇਹਦੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰੀ ਮੀਡੀਆ ਦੇ ਮੂਹਰੇ ਆ ਗਏ, ਉਹਨਾਂ ਨੇ ਕਿਹਾ ਜੀ ਕਿ ਇਹ ਪੰਜਾਬ ਦੀ ਪੁਲਿਸ ਦੇ ਵੱਲੋਂ ਪਖੰਡ ਕੀਤਾ ਜਾ ਰਿਹਾ। ਏਦਾਂ ਦੀ ਕੋਈ ਗੱਲ ਹੈ ਹੀ ਨਹੀਂ। ਜਿਹੜੇ ਬੰਦੇ ਨੇ ਮੈਨੂੰ ਧਮਕੀਆਂ ਦਿੱਤੀਆਂ, ਜਿਹੜੇ ਬੰਦੇ ਦੇ ਬਾਰੇ ਮੈਂ ਸ਼ਿਕਾਇਤ ਕੀਤੀ ਹੈ, ਉਹ ਤਾਂ ਪੰਜਾਬੀ ਬੋਲਦਾ ਹੀ ਨਹੀਂ ਸੀ, ਉਹ ਤਾਂ ਗੈਰ ਪੰਜਾਬੀ ਬੰਦਾ ਸੀ। ਇਹਨਾਂ ਦੇ ਵੱਲੋਂ ਇੱਕ ਪੰਜਾਬੀ ਨੂੰ ਫੜ ਕੇ ਗੱਲ ਨੂੰ ਤੁੱਥ ਮੁੱਥ ਜੇ ਕਰਕੇ ਤੇ ਆਪਦਾ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਦੇ ਵੱਲੋਂ ਝੂਠਾ ਬੰਦਾ ਫੜਿਆ ਗਿਆ। ਮੈਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ, ਇਹਨਾਂ ਦੇ ਵੱਲੋਂ ਗਲਤ ਕੁਝ ਕੀਤਾ ਜਾ ਰਿਹਾ। ਅੱਛਾ ਟੈਣਾ ਜੀ, ਜਿਹੜੀ ਮਸ਼ਹੂਰ ਫਿਲਮ ਐਕਟਰਸ ਹੈ ਨੀਰੂ ਬਾਜਵਾ, ਉਹਨੇ ਮਾਫੀ ਕਾਹਦੀ ਮੰਗੀ ਹੈ? ਤੈਨੂੰ ਸਭ ਕੁਝ ਕੁ ਮਹੀਨੇ ਪਹਿਲਾਂ ਨਾ ਇੱਕ ਫਿਲਮ ਆਈ ਸੀ ਬੂਹੇ ਬਾਰੀਆਂ। ਇਹ ਫਿਲਮ ਜਿਹੜੀ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੀ ਸੀ। ਇਸ ਫਿਲਮ ਦੇ ਆਉਣ ਤੋਂ ਬਾਅਦ ਨਾ ਰਵੀਦਾਸ ਭਾਈਚਾਰਾ, ਜਿਹੜਾ ਸਾਡਾ ਸਤਿਕਾਰਯੋਗ ਭਾਈਚਾਰਾ, ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀਗੀ ਮੀਡੀਆ ਦੇ ਵਿੱਚ ਵੀ, ਤੇ ਥਾਣੇ ਦੇ ਵਿੱਚ ਵੀ ਜਾ ਕੇ ਧਰਨਾ ਵੀ ਲਾਇਆ ਸੀ ਉਹਨਾਂ ਨੇ, ਵੀ ਭਾਈ ਇਸ ਫਿਲਮ ਦੇ ਵਿੱਚ ਔਰਤਾਂ ਨੂੰ ਘਟਾ ਕੇ ਦਿਖਾਇਆ ਗਿਆ ਤੇ ਸਾਡੇ ਭਾਈਚਾਰੇ ਦੀਆਂ ਔਰਤਾਂ ਦਾ ਅਪਮਾਨ ਕੀਤਾ ਗਿਆ, ਸਾਡੇ ਭਾਈਚਾਰੇ ਨੂੰ ਨੀਵਾਂ ਦਿਖਾਇਆ ਗਿਆ। ਉਹਦੇ ਵਿੱਚ ਕੁਝ ਡਾਇਲੋਗ ਹੋਣਗੇ, ਸ਼ਾਇਦ ਮੈਂ ਦੇਖੇ ਨੀਗੇ, ਪਰ ਉਹਦੇ ਵਿੱਚ ਸ਼ਾਇਦ ਕੁਝ ਡਾਇਲੋਗ ਹੋਣ। ਉਹਨਾਂ ਨੇ ਕਿਹਾ ਸੀ ਜੀ ਕਿ ਇਸ ਫਿਲਮ ਦੇ ਵਿੱਚ ਸਾਡਾ ਅਪਮਾਨ ਕੀਤਾ ਗਿਆ। ਸੋ ਇਸ ਗੱਲ ਕਰਕੇ ਜੀ ਸ਼ਿਕਾਇਤ ਦਰਜ ਕਰਵਾਈ ਗਈ ਸੀਗੀ। ਪਰ ਹੁਣ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਵੀ ਇਸ ਮਾਮਲੇ ਦੇ ਉੱਤੇ ਤੇ ਅੱਜ ਅਦਾਲਤ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਗਈ ਹੈ, ਤੇ ਨੀਰੂ ਬਾਜਵਾ ਦੇ ਵੱਲੋਂ ਉਹਦੀ ਫਿਲਮ ਦੇ ਡਾਇਰੈਕਟਰ ਦੇ ਵੱਲੋਂ ਜਾ ਕੇ ਮਾਫੀ ਮੰਗੀ ਗਈ ਹੈ। ਸੋ ਨਸ਼ਿਆਂ ਦਾ ਸੇਵਨ ਕਹਿੰਦੇ ਇੰਨਾ ਵੱਧ ਗਿਆ ਵੀ ਇੱਕ ਪਰਿਵਾਰ ਦੇ ਕਈ ਕਈ ਮੈਂਬਰ ਮਰੀ ਜਾਂਦੇ ਆ। ਪਿਓ ਪੁੱਤ ਕਦੋਂ ਮਰੇ ਆ ਜੀ? ਇਹ ਜੀ ਅੱਜ ਦੀ ਖਬਰ ਹੈ, ਅੱਜ ਖਬਰ ਆਈ ਹੈ, ਲੰਘੇ ਕੱਲ ਸਾਰਾ ਕੁਝ ਵਾਪਰਿਆ। 7 ਦਿਨ ਪਹਿਲਾਂ ਪਿਓ ਦੀ ਮੌਤ ਹੋ ਜਾਂਦੀ ਹੈ ਜੀ। ਪਿਓ ਦੀ ਮੌਤ ਹੁੰਦੀ ਜੀ 7 ਦਿਨ ਪਹਿਲਾਂ, ਦਾਰੂ ਵੱਧ ਪੀਣ ਦੇ ਕਰਕੇ, ਲਿਵਰ ਗਲਣ ਦੇ ਕਰਕੇ, ਮਾੜੀ ਦਾਰੂ ਪੀਣ ਦੇ ਕਰਕੇ। ਕੱਲ ਉਹਦਾ ਭੋਗ ਸੀ ਤੇ ਭੋਗ ਦੇ ਮੌਕੇ ਜਿਹੜਾ ਉਹ ਪੁੱਤ ਓਵਰਡੋਜ਼ ਦੇ ਕਰਕੇ ਮਰ ਗਿਆ। ਯਾਨੀ ਕਿ 7 ਦਿਨ ਦੇ ਵਿੱਚ ਪਿਓ ਤੇ ਪੁੱਤ ਦੀ ਮੌਤ ਹੋ ਗਈ ਆ, ਬਾਪ ਦੇ ਭੋਗ ਦੇ ਮੌਕੇ ਪੁੱਤ ਦੀ ਮੌਤ ਹੋ ਗਈ ਆ। ਗੁਰਦਾਸਪੁਰ ਦੇ ਇੱਕ ਪਿੰਡ ਦੀ ਖਬਰ ਹੈ। ਦੇਖੋ ਹੁਣ ਸਿਆਸੀ ਲੋਕਾਂ ਨੇ ਤਾਂ ਬਿਆਨ ਦੇਣੇ ਆ ਕਿ ਭਾਈ ਇਹਦਾ ਆਹ ਕਾਰਨ ਆ, ਇਹਦਾ ਆਹ ਕਾਰਨ ਆ। ਨਾ ਤਾਂ ਰਾਜਨੀਤਿਕ ਲੋਕਾਂ ਨੇ ਕੋਈ ਮਾਹੌਲ ਬਦਲਿਆ, ਨਾ ਤਸਕਰਾਂ ਦੇ ਵਿੱਚ ਕੋਈ ਜਿਹੜੇ ਉਠਲ ਪਈ, ਨਾ ਕੋਈ ਹੋਰ ਇਹਦੇ ਵਿੱਚ ਕੋਈ ਰੋਕਥਾਮ ਲੱਗੀ, ਤੇ ਨਾ ਹੀ ਨਸ਼ਾ ਕਰਨ ਵਾਲੇ ਲੋਕਾਂ ਨੇ ਪਹਿਲਾਂ ਸੋਚਿਆ ਤੇ ਨਾ ਅੱਜ ਸੋਚ ਰਹੇ ਆ ਕਿ ਭਾਈ ਸਾਡੇ ਘਰ ਦੇ ਵਿੱਚ ਹਾਲਾਤ ਕੀ ਹੈਗੇ ਆ। ਅੱਛਾ, ਪੰਜਾਬ 'ਚ ਕਿੰਨੇ ਕੁ ਬੈਨਰ ਹਟਾ ਦਿੱਤੇ ਗਏ ਆ ਜਿਹੜੇ ਲਾਏ ਹੋਏ ਸੀ ਪੋਸਟਰ ਵਗੈਰਾ? 19,000 ਤੋਂ ਵੱਧ ਜਿਹੜੇ ਬੈਨਰ ਤੇ ਪੋਸਟਰ ਆ ਜਿਹੜੇ ਉਹ ਵੱਖ ਵੱਖ ਰਾਜਨੀਤਿਕ ਲੋਕਾਂ ਨੇ ਸਭ ਹਟਾ ਦਿੱਤੇ ਗਏ ਆ। ਇਸ ਕਰਕੇ ਹਟਾਏ ਗਏ ਆ ਕਿਉਂਕਿ ਚੋਣ ਜ਼ਾਬਤਾ ਲੱਗ ਗਿਆ, ਚੋਣ ਅਧਿਕਾਰੀ ਪੰਜਾਬ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਆ ਕਿ ਕਿਸੇ ਵੀ ਸਿਆਸੀ ਪਾਰਟੀ ਦਾ ਕਿਤੇ ਵੀ ਕੋਈ ਬੋਰਡ ਲੱਗਿਆ ਨਾ ਨਜ਼ਰ ਆਵੇ, ਕੋਈ ਸਰਕਾਰੀ ਸਕੀਮਾਂ ਵਾਲਾ ਕਿਤੇ ਬੋਰਡ ਲੱਗਿਆ ਨਾ ਨਜ਼ਰ ਆਵੇ। ਦੁੱਖ ਦੀ ਗੱਲ ਇਹ ਆ ਕਿ ਪਿੰਡਾਂ ਸ਼ਹਿਰਾਂ ਦੇ ਚੌਂਕ ਦਿਸਦੇ ਹੀ ਨਹੀਂ ਥਨ ਸਾਹਿਬ, ਚੌਂਕ 1 ਆ ਤੇ ਬੋਰਡ 100 ਆ, ਤੇ ਦਿਸਦਾ ਹੀ ਨਹੀਂ ਵੀ ਪਰਲੇ ਪਾਸੇ ਸਕੂਟਰ ਖੜਾ ਕੇ ਕਾਰ ਖੜੀ ਆ, ਐਡੇ ਐਡੇ ਲੰਮੇ ਆਦਮ ਕੱਦ ਜਿਹੜੇ ਉਹ ਚੌੜੇ ਲੰਮੇ ਪੋਸਟਰ ਲਾਏ ਗਏ ਆ, ਫਲੈਕਸ ਲਾਈਆਂ ਗਈਆਂ, ਬੋਰਡ ਵੱਡੇ ਵੱਡੇ ਲੱਗੇ ਆ। ਸੋ ਦੁੱਖ ਇਸ ਗੱਲ ਦਾ, ਪਰ ਖਬਰ ਇਹ ਆਈ ਹੈ ਜੀ ਕਿ 19,000 ਦੇ ਕਰੀਬ ਨੂੰ ਲਾ ਦਿੱਤਾ ਗਿਆ ਤੇ ਬਾਕੀ ਵੀ ਉਹ ਕਹਿੰਦੇ ਲਾ ਦੇਣੇ ਆ। ਸੋ ਮੈਂ ਸੋਚਦਾ ਜੀ ਇੱਕ ਚੰਗਾ ਫੈਸਲਾ ਹੈਗਾ, ਮਾੜੇ ਮੋਟੇ ਰਾਹ ਵਿਹਲੇ ਹੋਣੇ ਚਾਹੀਦੇ ਆ ਜੀ। ਅੱਛਾ, ਜਿਹੜੀ ਬੇਅਦਬੀ ਦੀ ਗੱਲ ਚੱਲਦੀ ਰਹੀ ਆ, ਇਹ ਡੇਰਾ ਮੁਖੀ ਨੇ ਕਰਵਾਈ ਆ? ਜਿਹੜੀ ਤਾਂ ਜਾਣਕਾਰੀ ਦਿੱਤੀ ਹੈ ਜੀ ਇਸ ਵੇਲੇ ਉਹਦੇ ਮੁਤਾਬਕ ਤਾਂ ਡੇਰਾ ਮੁਖੀ ਦੇ ਕਹਿਣ ਤੇ ਹੋਈ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੁਖੀ ਪ੍ਰਦੀਪ ਕਲੇਰ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਇਹ ਬਿਆਨ ਦਰਜ ਕਰਵਾਏ ਆ ਕਿ ਬੇਅਦਬੀ ਦੀਆਂ ਘਟਨਾਵਾਂ ਵਾਸਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਮੁੱਖ ਸਾਜ਼ਿਸ਼ ਘਾੜੇ ਆ। ਆਪਾਂ ਜਾਣਦੇ ਹਾਂ ਕਿ ਵਿਸ਼ੇਸ਼ ਜਾਂਚ ਟੀਮ ਤੇ ਫਰੀਦਕੋਟ ਪੁਲਿਸ ਨੇ ਪ੍ਰਦੀਪ ਕਲੇਰ ਨੂੰ ਕੁਝ ਸਮਾਂ ਪਹਿਲਾਂ ਗੁਰੂ ਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀਗਾ ਤੇ ਪ੍ਰਦੀਪ ਕਲੇਰ ਨੇ ਆਪਦੇ ਬਿਆਨਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਭਗੌੜਾ ਨਹੀਂ ਸੀ, ਡੇਰੇ ਦੇ ਵਿੱਚ ਹੀ ਮੌਜੂਦ ਸੀ। 2014 ਦੇ ਵਿੱਚ ਡੇਰੇ ਦੇ ਸਿਆਸੀ ਵਿੰਗ ਦਾ ਮੁਖੀ ਥਾਪਿਆ ਗਿਆ ਸੀ। ਮਾਰਚ ਅਪ੍ਰੈਲ 2015 ਦੇ ਵਿੱਚ ਹਨੀਪ੍ਰੀਤ ਨੇ ਤੇ ਗੁਰਮੀਤ ਰਾਮ ਰਹੀਮ ਨੇ ਦੋਵਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਸਿੱਖ ਪ੍ਰਚਾਰਕਾਂ ਬਾਰੇ ਡੇਰਾ ਪੈਰੋਕਾਰਾਂ ਵਾਸਤੇ ਨਿਰਦੇਸ਼ ਜਾਰੀ ਕੀਤੇ ਸੀ। ਇਹਨਾਂ ਦੋਹਾਂ ਦੇ ਕਹਿਣ ਦੇ ਉੱਤੇ ਬੇਅਦਬੀਆਂ ਹੋਈਆਂ ਸੀ। ਤੇ ਲੁਧਿਆਣੇ 'ਚ ਜਿਹੜਾ ਬੱਚਾ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਜਦੋਂ ਡੈਥ ਹੋਈ ਹੈ? ਹਾਂ ਬਿਲਕੁਲ ਅਥਨ ਸਾਹਿਬ, ਬੜੇ ਦੁੱਖ ਦੀ ਖਬਰ ਆਈ ਹੈ। ਲੁਧਿਆਣੇ ਦੇ ਵਿੱਚ ਕੁਝ ਬੱਚੇ ਜਿਹੜੇ ਉਹ ਰੇਲਵੇ ਟਰੈਕ ਨੂੰ ਪਾਰ ਕਰ ਰਹੇ ਸੀ, ਰੇਲ ਦੀ ਪਟੜੀ ਨੂੰ ਲੰਘ ਰਹੇ ਸੀਗੇ। ਦੋ ਬੱਚੇ ਤਾਂ ਲੰਘਣ ਦੇ ਵਿੱਚ ਕਾਮਯਾਬ ਹੋ ਗਏ, ਉਹ ਤਾਂ ਵਾਲ ਵਾਲ ਬਚ ਗਏ, ਰੇਲ ਗੱਡੀ ਆਈ ਹੈ ਛੂੰ ਕਰਕੇ ਬਹੁਤ ਤੇਜ਼ੀ ਦੇ ਨਾਲ। ਇੱਕ ਬੱਚਾ ਦੀ ਲਪੇਟ ਦੇ ਵਿੱਚ ਆ ਗਿਆ, ਮਾਰ ਦੇ ਵਿੱਚ ਆ ਗਿਆ, ਉਸ ਵਿਚਾਰੇ ਬੱਚੇ ਦੀ ਭੋਲੇ ਭਾਲੇ ਦਿਨੇ ਮੁੰਨੇ ਬੱਚੇ ਦੀ ਮੌਤ ਹੋ ਗਈ ਹੈ। ਸੋ ਬਹੁਤ ਦੁੱਖ ਦੀ ਖਬਰ ਆਈ ਹੈ ਜੀ। ਅੱਛਾ, ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲਾ ਕੋਈ ਮੁਕਾਬਲੇ 'ਚ ਮਾਰਿਆ ਗਿਆ, ਸਮਗਲਰ ਸੀ ਉਹ? ਹਾਂ ਬਿਲਕੁਲ ਜੀ ਬਿਲਕੁਲ ਅਥਨ ਸਾਹਿਬ, ਇਹ ਨਸ਼ਾ ਤਸਕਰ ਸੀਗਾ ਤੇ ਪੁਲਿਸ ਮੁਕਾਬਲੇ ਦੇ ਵਿੱਚ ਅੱਜ ਇਹਨੂੰ ਮਾਰ ਦਿੱਤਾ ਗਿਆ। ਇਹ ਜਾਣਕਾਰੀ ਆਈ ਹੈ ਜੀ ਪੁਲਿਸ ਦੇ ਅਧਿਕਾਰੀਆਂ ਨੇ ਆਪ ਦਿੱਤੀ ਹੈ। ਕੱਲ੍ਹ ਸਾਡੇ ਕੋਲੇ ਜਾਣਕਾਰੀ ਪਹੁੰਚੀ ਸੀ ਵੀ ਮੁਕੇਰੀਆਂ ਦੇ ਕੋਲੇ ਪਿੰਡ ਆ ਮਨਸੂਰਪੁਰ,
ਇੱਥੇ ਇੱਕ ਨਸ਼ਾ ਤਸਕਰ ਆ ਜਿਹੜਾ ਕਿ ਪੁਲਿਸ ਨੂੰ ਪਤਾ ਲੱਗਿਆ ਵੀ ਭਾਈ ਇਹ ਨਜਾਇਜ਼ ਹਥਿਆਰਾਂ ਦੇ ਸਮੇਤ ਇੱਥੇ ਹੈਗਾ, ਤੇ CIA ਸਟਾਫ ਜਿਹੜਾ ਉੱਥੇ ਪੁਲਿਸ ਆ ਜਿਹੜੀ ਉੱਥੇ ਪਹੁੰਚੀ ਸੀਗੀ, ਤੇ ਜਦੋਂ ਇਹ ਉੱਥੇ ਪਹੁੰਚੀ ਤਾਂ ਇਹਨੇ ਦੋਸ਼ ਲੱਗਿਆ ਵੀ ਭਾਈ ਸੁਖਵਿੰਦਰ ਰਾਣਾ ਉਰਫ ਰਾਣਾ ਮਨਸੂਰਪੁਰੀਆ ਇਹਨੇ ਅੱਗੋਂ ਗੋਲੀ ਚਲਾਤੀ ਜਿਹਨੂੰ ਫੜਨ ਗਏ ਸੀ, ਤੇ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀਗੀ, ਤੇ ਅੰਮ੍ਰਿਤਪਾਲ ਸਿੰਘ ਉਹਦਾ ਨਾਂ, ਤੇ ਉਹ ਇਸ ਵੇਲੇ ਉਹਦੀ ਸੰਸਕਾਰ ਕੀਤਾ ਗਿਆ ਜੀ ਬਹੁਤ ਦੁਖੀ ਮਨ ਦੇ ਨਾਲ, ਆਲੇ ਦੁਆਲੇ ਦੇ ਇਲਾਕੇ ਦੇ ਬੜੇ ਲੋਕ ਸੀਗੇ। ਪਰ ਪਤਾ ਲੱਗਾ ਜੀ ਕਿ ਹੁਣ ਅੱਜ ਇਹਦਾ ਵੀ ਇਨਕਾਊਂਟਰ ਕਰ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਇਸ ਨਸ਼ਾ ਤਸਕਰ ਦਾ ਅਸੀਂ 24 ਘੰਟੇ ਦੇ ਵਿੱਚ ਇਨਕਾਊਂਟਰ ਕਰ ਦਿੱਤਾ, ਇਹਨੂੰ ਮਾਰ ਦਿੱਤਾ ਗਿਆ। ਜਿਹੜਾ ਜੀ ਅੱਜ ਕਿਸਾਨ ਅੰਦੋਲਨ ਦੀ ਕੋਈ ਖਬਰ ਨਹੀਂ ਆਈ ਥਨ ਸਾਹਿਬ, ਕਿਸਾਨ ਅੰਦੋਲਨ ਦੇ ਬਾਰੇ ਖਬਰ ਇਹੀ ਆ ਕਿ ਕਿਸਾਨ ਉੱਥੇ ਹੈਗੇ ਨੇ, ਬੈਠੇ ਨੇ, ਪਿਛਲੇ ਦਿਨੀ ਕਿਸਾਨ ਪੰਚਾਇਤ ਵੀ ਹੋਈ ਹੈ, ਮਹਾਂਪੰਚਾਇਤ ਵੀ ਹੋਈ ਆ, ਕੇਂਦਰ ਦੇ ਉੱਤੇ ਸੂਬੇ ਦੀ ਸਰਕਾਰ ਦੇ ਉੱਤੇ ਕਿਸਾਨਾਂ ਦੇ ਬੈਠਣ ਦਾ ਕੋਈ ਅਸਰ ਨਹੀਂ ਹੋ ਰਿਹਾ, ਕਿਸਾਨ ਵਿਚਾਰੇ ਉੱਥੇ ਡਟੇ ਬੈਠੇ ਆ, ਭਾਵੇਂ ਕਿ ਗਿਣਤੀ ਕਾਫੀ ਘੱਟ ਗਈ ਆ। ਦੇਖੋ ਹੁਣ ਲੰਮਾ ਸਮਾਂ ਬਹਿਣਾ ਹੋਵੇ, ਕਦੇ ਜਾਣਾ ਵੀ ਆ, ਕਦੇ ਆਉਣਾ ਵੀ ਆ, ਕਦੇ ਆਉਣਾ ਵੀ, ਕਦੇ ਜਾਣਾ ਵੀ ਆ, ਕਦੇ ਗਿਣਤੀ ਵੱਧ ਵੀ ਜਾਂਦੀ ਆ, ਕਦੇ ਘੱਟ ਵੀ ਜਾਂਦੀ ਆ, ਪਰ ਕਿਸਾਨ ਉੱਥੇ ਭਾਵੇਂ ਘੱਟ ਗਿਣਤੀ ਦੇ ਵਿੱਚ ਬੈਠੇ ਆ, ਪਰ ਜਿਹੜੇ ਡਟੇ ਬੈਠੇ ਉਹਨਾਂ ਨੂੰ ਸਲਾਮ ਕਰਦੇ ਆ, ਪਰ ਨੇਤਾਵਾਂ ਦੇ ਉੱਤੇ ਕੋਈ ਅਸਰ ਨਹੀਂ ਹੋਇਆ ਜੀ। ਸੋ ਫਿਰ ਇਹ ਜਿਹੜਾ ਅੰਦੋਲਨ ਸੀ ਕਾਮਯਾਬ ਨਹੀਂ ਰਿਹਾ। ਦੇਖੋ ਜਿੰਨੀ ਦੇਰ ਤੱਕ ਕਿਸੇ ਗੱਲ ਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਥਨ ਸਾਹਿਬ, ਉਨੀ ਦੇਰ ਤੱਕ ਉਹਨੂੰ ਕਾਮਯਾਬ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਹਾਂ ਸਿਰੜ ਨੂੰ ਕਾਮਯਾਬ ਕਹਿ ਸਕਦੇ ਹਾਂ। ਜਿੰਨੀ ਦੇਰ ਤੱਕ ਕਿਸਾਨ ਜਥੇਬੰਦਕਾਂ ਨਹੀਂ ਇਕੱਠੀਆਂ, ਉਨੀ ਦੇਰ ਤੱਕ ਕਾਮਯਾਬੀ ਸਾਂਝੀ ਕਿਵੇਂ ਹੋ ਸਕਦੀ ਆ। ਤੇ ਦੂਜੀ ਗੱਲ ਇਹ ਆ ਵੀ ਪਿਛਲੀ ਵਾਰੀ ਜਦੋਂ ਇਹ ਆਪਾਂ ਅੰਦੋਲਨ ਲੜਿਆ ਸੀ, ਉਦੋਂ ਜਾਣ ਵੇਲੇ ਇਕੱਠੇ ਸੀ ਤੇ ਆਉਣ ਵੇਲੇ ਅੱਡ ਅੱਡ ਸੀ, ਐਤਕੀ ਸੀ ਜਾਣ ਵੇਲੇ ਅੱਡ ਅੱਡ। ਤੇ ਹੋਰ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦਾ ਮੌਸਮ ਥਨ ਸਾਹਿਬ ਪੂਰਾ ਗਰਮ ਹੋ ਗਿਆ ਜੀ। ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧ ਰਹੀ ਹੈ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਮੀਂਹ ਕਣੀ ਦੀ ਸੰਭਾਵਨਾ ਨਹੀਂ। ਪੰਜਾਬ ਦੇ ਵਿੱਚ 29-30 ਡਿਗਰੀ ਤੱਕ ਟੈਂਪਰੇਚਰ ਹੋ ਗਿਆ ਵੱਧ ਤੋਂ ਵੱਧ, ਤੇ ਪੰਜਾਬ ਦੇ ਵਿੱਚ ਗਰਮੀ ਹੁਣ ਇਉਂ ਸ਼ੁਰੂ ਹੋ ਗਈ ਹੈ ਜਿਵੇਂ ਅਪ੍ਰੈਲ ਦਾ ਪਹਿਲਾ ਹਫ਼ਤਾ ਹੋਵੇ, ਤੇ 18 ਤਰੀਕ ਅੱਜ, 18 ਮਾਰਚ, ਪਰ ਗਰਮੀ ਦਾ ਪੂਰਾ ਅਹਿਸਾਸ ਹੈ ਜੀ। ਰਣਾ ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ, ਬਹੁਤ ਧੰਨਵਾਦ ਜੀ, ਧੰਨਵਾਦ।